ਹੈਲੋ ਐਸਪੀਰੈਂਟਸ, ਮੇਰਾ ਨਾਮ ਅਰਜੁਨ ਬੱਬਰ ਹੈ ਐਂਡ ਮੈਂ ਪ੍ਰਤਾਪ ਅਕੈਡਮੀ 'ਤੇ ਰੀਸੈਂਟ ਮੰਥ ਤੋਂ ਆਫਲਾਈਨ ਮੋਡ 'ਤੇ ਟੀਚ ਕਰ ਰਿਹਾ। ਹੁਣ ਮੈਂ ਆਨਲਾਈਨ ਮਾਧਿਅਮ ਨਾਲ ਤੁਹਾਡੇ ਨਾਲ ਜੁੜਾਂਗਾ ਅਤੇ ਤੁਹਾਨੂੰ ਹਰ ਰੋਜ਼ ਯੂਟਿਊਬ ਐਂਡ ਐਪ ਉੱਤੇ ਵੀ ਦਿਖਾਂਗਾ। ਮੇਰਾ 5 ਸਾਲ ਦਾ ਡਿਫਰੈਂਟ ਕੰਪੀਟੀਟਿਵ ਐਗਜ਼ਾਮ ਦਾ ਰੀਅਲ ਟਾਈਮ ਐਕਸਪੀਰੀਅੰਸ ਰਹਿ ਚੁੱਕਿਆ। ਉਹ ਤੋਂ ਇਲਾਵਾ ਮੈਂ ਆਫਲਾਈਨ ਆਨਲਾਈਨ ਮੋਡ 'ਤੇ ਵੀ 2 ਸਾਲਾਂ ਤੋਂ ਟੀਚ ਕਰ ਰਿਹਾ। ਅੱਜ ਤੁਹਾਡੇ ਨਾਲ ਮੇਰਾ ਜੁੜਨ ਦਾ ਮੁੱਦਾ ਇਹ ਹੈ ਕਿ ਬਈ ਹੁਣ ਸੀਨੀਅਰ ਅਸਿਸਟੈਂਟ ਦੀ ਰੀਸੈਂਟਲੀ ਨਿਊ ਪੋਸਟ ਆਈਆਂ ਅਤੇ ਇੱਕ ਐਗਜ਼ਾਮ ਵੀ ਹੋਇਆ ਸੀ 28 ਜਨਵਰੀ ਨੂੰ। ਉਹਦੇ ਐਨਾਲਿਸਿਸ ਉੱਤੇ ਹੁਣ ਅਸੀਂ ਅਪਕਮਿੰਗ ਸੀਨੀਅਰ ਅਸਿਸਟੈਂਟ ਐਗਜ਼ਾਮ ਦੀ ਤਿਆਰੀ ਕਿਸ ਤਰੀਕੇ ਨਾਲ ਕਰ ਸਕਦੇ ਹਾਂ ਅਤੇ ਕਿਹੜੇ ਐਕਸ ਫੈਕਟਰਸ ਰਹਿਣਗੇ ਜੋ ਕਿ ਤੁਹਾਨੂੰ ਸਕਸੈਸ ਦਿਲਾਉਣਗੇ। ਦੇਖੋ, ਸਟੱਡੀ ਕਰਨਾ ਇੱਕ ਗੱਲ ਹੁੰਦੀ ਆ, ਸਟ੍ਰੈਟੇਜਿਕ ਸਟੱਡੀ ਕਰਨਾ ਦੂਸਰੀ ਗੱਲ ਹੁੰਦੀ ਆ। ਹਾਰਡ ਵਰਕ ਕਰਨਾ ਅਤੇ ਸਮਾਰਟ ਵਰਕ ਕਰਨਾ, ਦੋਵਾਂ 'ਚ ਦਿਨ ਰਾਤ ਦਾ ਫਰਕ ਹੁੰਦਾ। ਉਸੇ ਚੀਜ਼ ਨੂੰ ਅਸੀਂ ਐਨਾਲਾਈਜ਼ ਕਰਾਂਗੇ ਕਿ ਬਈ ਤੁਹਾਨੂੰ ਕਿਸ ਡਾਇਰੈਕਸ਼ਨ 'ਚ ਵਰਕ ਕਰਨਾ ਚਾਹੀਦਾ ਤਾਂ ਜੋ ਤੁਹਾਨੂੰ ਸਕਸੈਸ ਮਿਲ ਪਾਏ। ਤਾਂ 5 ਐਕਸ ਫੈਕਟਰਸ ਆ ਜੋ ਮੈਨੂੰ ਸਮਝ ਆਏ ਆ ਸਟੂਡੈਂਟਸ ਨਾਲ ਡਿਸਕਸ ਕਰਕੇ, ਜਿਨ੍ਹਾਂ ਨੇ ਐਗਜ਼ਾਮ ਦਿੱਤਾ ਅਤੇ ਮੈਨੂੰ ਆਪਣੇ ਖੁਦ ਦੇ ਐਕਸਪੀਰੀਅੰਸ ਤੋਂ ਕਿ ਬਈ ਇੱਕ ਐਸਪੀਰੈਂਟ ਦੇ ਵਿੱਚ ਇਹ ਕੁਆਲਿਟੀਜ਼ ਹੋਣਗੀਆਂ ਤਾਂ ਹੀ ਉਹ ਅੱਗੇ ਆਉਣ ਵਾਲੇ ਗਰੁੱਪ ਬੀ ਦਾ ਕੋਈ ਵੀ ਐਗਜ਼ਾਮ ਆ, ਸੀਨੀਅਰ ਅਸਿਸਟੈਂਟ, ਲੇਬਰ ਇੰਸਪੈਕਟਰ, ਫੂਡ ਸਪਲਾਈ ਵਗੈਰਾ ਕਲੀਅਰ ਕਰ ਪਾਏਗਾ। ਤਾਂ ਪਹਿਲਾ ਜੋ ਐਕਸ ਫੈਕਟਰ ਇਹ ਹੈ ਕਿ ਸਾਨੂੰ ਕੁਝ ਨਵੇਂ ਅਮਰਜਿੰਗ ਟੋਪਿਕਸ ਆ, ਅਮਰਜਿੰਗ ਸਬਜੈਕਟਸ ਆ, ਜਿਨ੍ਹਾਂ ਨੂੰ ਸਟੱਡੀ ਕਰਨਾ ਪਏਗਾ। ਇਹ ਉਹ ਟੋਪਿਕਸ ਆ ਜਿਨ੍ਹਾਂ ਨੂੰ ਪਹਿਲਾਂ ਹਰ ਇੱਕ ਪੰਜਾਬ ਦਾ ਐਸਪੀਰੈਂਟ ਨਿਗਲੈਕਟ ਕਰਦਾ ਆ, ਇਹਨੂੰ ਇਗਨੋਰ ਕਰਦਾ ਆ। ਲੇਕਿਨ ਹੁਣ ਕੀ ਆ ਕਿ ਐਗਜ਼ਾਮੀਨਰ ਨੇ ਇੱਕ ਨਵਾਂ ਸਰਪ੍ਰਾਈਜ਼ ਫੈਕਟਰ ਪਾਉਣ ਵਾਸਤੇ, ਐਗਜ਼ਾਮੀਨਰ ਦਾ ਹਮੇਸ਼ਾ ਇਹ ਮਾਇੰਡਸੈਟ ਰਹਿੰਦਾ ਕਿ ਬੱਚੇ ਨੂੰ ਕਿਸ ਤਰੀਕੇ ਨਾਲ ਸਰਪ੍ਰਾਈਜ਼ ਕੀਤਾ ਜਾਏ। ਤਾਂ ਹੁਣ ਉਹਨੂੰ ਸਰਪ੍ਰਾਈਜ਼ ਕਰਨ ਵਾਸਤੇ ਨਵੇਂ ਸਬਜੈਕਟਸ ਇੰਟਰੋਡਿਊਸ ਕਰਨੇ ਪੈ ਰਹੇ ਆ। ਤਾਂ ਇਹ ਆ ਉਹ ਸਾਰੇ ਸਬਜੈਕਟਸ ਜੋ ਕਿ ਨਿਊ ਇਮਰਜਿੰਗ ਟੋਪਿਕਸ ਆ, ਜੋ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਕੱਟ ਆਫ ਉੱਤੇ ਫਰਕ ਪਾਉਣਗੇ। ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਹੈ ਇਕਨੋਮਿਕਸ। ਜੇ ਤੁਸੀਂ ਸੀਨੀਅਰ ਅਸਿਸਟੈਂਟ ਦਾ ਕੁਐਸਚਨ ਪੇਪਰ ਖੋਲ੍ਹ ਕੇ ਦੇਖਿਆ ਹੋਏ ਤਾਂ ਤੁਹਾਨੂੰ ਪਤਾ ਹੋਏਗਾ ਕਿ ਉੱਥੇ ਬਹੁਤ ਹੀ ਵਧੀਆ ਕੁਆਲਿਟੀ ਦੇ ਕੰਸੈਪਚੁਅਲ ਕਲੈਰਿਟੀ ਮੰਗਣ ਵਾਲੇ 3 ਕੁਐਸਚਨ ਆਏ ਸੀ। ਪਹਿਲਾ ਕੁਐਸਚਨ ਜੋ ਸੀ ਉਹ ਬੈਲੈਂਸ ਆਫ ਪੇਮੈਂਟ ਦੇ ਰਿਲੇਟਡ ਸੀ, ਸੈਕਿੰਡ ਕੁਐਸਚਨ ਜੋ ਸੀ ਉਹ ਫਿਸਕਲ ਪੋਲਿਸੀ ਤੋਂ ਰਿਲੇਟਡ ਸੀ, ਐਂਡ ਥਰਡ ਜਿਹੜਾ ਟੋਪਿਕ ਸੀ ਉਹ ਮੋਨੀਟਰੀ ਪੋਲਿਸੀ ਦੇ ਟੋਪਿਕ ਤੋਂ ਆਇਆ ਸੀ। ਤਿੰਨੋਂ ਹੀ ਕੁਐਸਚਨਸ ਦੇ ਵਿੱਚ ਮਿਨੀਮਮ 3 ਸਟੇਟਮੈਂਟ ਬਣੀਆਂ ਸੀ, ਲੈਂਥੀ ਸਟੇਟਮੈਂਟ ਸੀ, ਤੇ ਕੋਈ ਤੁਹਾਡੀ ਫੈਕਚੁਅਲ ਕਲੈਰਿਟੀ ਤੋਂ ਜ਼ਿਆਦਾ ਕੰਸੈਪਚੁਅਲ ਕਲੈਰਿਟੀ ਨੂੰ ਮਾਪਣ ਵਾਸਤੇ ਬੇਸਿਕਲੀ ਉਹ ਦੇਖ ਰਿਹਾ ਸੀ, ਟੈਸਟ ਕਰ ਰਿਹਾ ਸੀ ਕਿ ਇੱਕ ਸਟੂਡੈਂਟ ਨੂੰ ਕੰਸੈਪਚੁਅਲੀ ਕਲੈਰਿਟੀ ਹੈ ਕਿ ਜਿਵੇਂ SLR CRR ਦੇ ਚੇਂਜਿਸ, ਰੈਪੋ ਰੇਟ ਦਾ ਇਫੈਕਟ ਮਾਰਕੀਟ ਉੱਤੇ ਕੀ ਪੈਂਦਾ ਵਾ, ਮਹਿੰਗਾਈ ਤੇ ਮਨੀ ਸਪਲਾਈ ਤੇ ਰੈਪੋ ਰੇਟ ਦਾ ਕੀ ਫਰਕ ਪੈਂਦਾ ਵਾ। ਕਿਸੇ ਨੇ ਬੜੀ ਗਹਿਰਾਈ ਨਾਲ ਬੈਲੈਂਸ ਆਫ ਪੇਮੈਂਟ ਦੇ 4 ਫੈਕਟਰ ਪੜ੍ਹੇ ਹੋਣਗੇ, ਕਰੰਟ ਅਕਾਊਂਟ, ਕੈਪੀਟਲ ਅਕਾਊਂਟ, ਐਰਰ ਐਂਡ ਅਮਿਸ਼ਨ, ਇਹ ਸਭ ਪੜ੍ਹਿਆ ਹੋਊਗਾ ਫਿਰ ਹੀ ਉਹ ਸੋਲਵ ਕਰ ਸਕਦਾ। ਤਾਂ ਜਿੰਨੇ ਵੀ ਐਵਰੇਜ ਕੈਂਡੀਡੇਟ ਸੀ ਉਹ ਸਭ ਗਲਤ ਕਰਕੇ ਆਏ ਸੀ। ਤਾਂ ਅੱਜ ਦੇ ਸਮੇਂ ਤੁਹਾਨੂੰ ਇਕਨੋਮਿਕਸ ਪੜ੍ਹਨੀ ਪਏਗੀ ਜੇ ਤੁਸੀਂ ਗਰੁੱਪ ਬੀ ਜਾਂ ਗਰੁੱਪ ਸੀ ਦਾ ਕੋਈ ਵੀ ਪੰਜਾਬ ਦਾ ਐਗਜ਼ਾਮ ਕਰੈਕ ਕਰਨਾ। ਦੈਨ ਜੀਓਗ੍ਰਾਫੀ ਉੱਤੇ ਸੀਨੀਅਰ ਅਸਿਸਟੈਂਟ ਦੇ ਵਿੱਚ ਮੈਪਿੰਗ ਤੋਂ ਕੁਐਸਚਨ ਆਏ ਸੀ। ਉਹਨਾਂ ਨੇ ਆਸ਼ੀਅਨ ਦੇਸ਼ ਦੀ ਮੈਪਿੰਗ ਪੁੱਛੀ ਸੀ ਕਿ ਜਿਹੜਾ ਇੰਡੋਨੇਸ਼ੀਆ ਵਾ ਉਹਦਾ ਸਭ ਤੋਂ ਪਹਿਲਾ ਜਿਹੜਾ ਆਈਲੈਂਡ ਉਹ ਕਿਹੜਾ ਲੱਗਦਾ ਵਾ, ਸਭ ਤੋਂ ਵੈਸਟ ਵਾਲੀ ਸਾਈਡ 'ਚ ਕਿਹੜਾ ਵਾ। ਹੁਣ ਮੈਪਿੰਗ ਤੋਂ ਪੁੱਛ ਲਿਆ ਕੁਐਸਚਨ, ਇਹਦਾ ਮਤਲਬ ਇਹ ਨਹੀਂ ਆ ਕਿ ਜੀਓਗ੍ਰਾਫੀ ਦੇ ਕੋਨਸੈਪਟ ਨਹੀਂ ਪੜ੍ਹਨੇ। ਇਵੇਂ ਨਹੀਂ ਹੁੰਦਾ ਕਿ ਐਗਜ਼ਾਮ 'ਚ ਕੋਈ ਚੀਜ਼ ਆਏਗੀ ਉਹ ਤੋਂ ਬਾਅਦ ਅਗਲੀ ਵਾਰ ਵਾਸਤੇ ਪੜ੍ਹਾਂਗੇ, ਸਾਨੂੰ ਪ੍ਰੋਐਕਟਿਵ ਹੋਣਾ ਪਊਗਾ। ਪਹਿਲਾਂ ਹੀ ਤਿਆਰ ਰਹਿਣਾ ਪਏਗਾ ਕਿ ਐਗਜ਼ਾਮੀਨਰ ਹੁਣ ਕਿਹੜੀ ਰਣਨੀਤੀ ਬਣਾਏਗਾ। ਅੱਗੇ ਜਾ ਕੇ ਜੇ ਮੰਨ ਲਓ ਉਹ ਮੌਨਸੂਨ ਉੱਤੇ ਕੁਐਸਚਨ ਪਾ ਦੇ, ਤੁਹਾਨੂੰ ਏਅਰ ਸਰਕੂਲੇਸ਼ਨ ਉੱਤੇ ਕੁਐਸਚਨ ਪਾ ਦੇ, ਮਾਊਂਟੇਨ ਫਾਰਮੇਸ਼ਨ ਬਾਰੇ ਪੁੱਛ ਲਏ, ਰਿਵਰਸ ਬਾਰੇ ਪੁੱਛ ਲਏ,
ਤਾਂ ਹਰ ਤਰੀਕੇ ਨਾਲ ਸਾਨੂੰ ਪ੍ਰਿਪੇਅਰ ਰਹਿਣਾ ਪਏਗਾ। ਤਾਂ ਜੀਓਗ੍ਰਾਫੀ ਪ੍ਰਿਪੇਅਰ ਕਰਨੀ ਵੀ ਲਾਜ਼ਮੀ ਅੱਜ ਦੇ ਸਮੇਂ। ਦੈਨ ਇਨਵਾਇਰਮੈਂਟ, ਇਨਵਾਇਰਮੈਂਟ ਜੇ ਤੁਸੀਂ ਐਕਸਾਈਜ਼ ਦਾ ਪੇਪਰ ਦੇਖਿਆ ਹੋਏਗਾ ਤਾਂ ਉਹਦੇ ਵਿੱਚ 4 to 5 ਕੁਐਸਚਨ ਆਏ ਸੀ ਡਿਫਰੈਂਟ ਟੋਪਿਕਸ ਤੋਂ, ਗ੍ਰੀਨ ਹਾਊਸ ਇਫੈਕਟ, ਪੋਲਿਊਸ਼ਨ। ਤਾਂ ਇਨਵਾਇਰਮੈਂਟ ਵੀ ਅੱਜ ਦੇ ਸਮੇਂ ਦੀ ਨੀਡ ਆ। ਸਿਵਲ ਸਰਵਿਸਿਸ ਦੇ ਵਿੱਚ ਤਾਂ ਇਨਵਾਇਰਮੈਂਟ ਬਹੁਤ ਹੀ ਇੰਪੋਰਟੈਂਟ ਟੋਪਿਕ ਮੰਨਿਆ ਜਾਂਦਾ, ਇੱਕ ਹੌਟ ਟੋਪਿਕ ਆ। ਹੁਣ ਪੰਜਾਬ ਵਿੱਚ ਵੀ ਇੰਟਰੋਡਿਊਸ ਹੋ ਰਿਹਾ, ਮੈਨੂੰ ਜਿੱਥੋਂ ਤੱਕ ਲੱਗਦਾ ਕਿ ਪੰਜਾਬ ਦਾ ਜਿਹੜਾ ਐਗਜ਼ਾਮੀਨਰ ਉਹ ਵੀ UPSC ਤੋਂ ਸਿਹਤ ਲੈ ਰਿਹਾ ਕਿ ਕਿਸ ਤਰੀਕੇ ਦੇ ਕੁਐਸਚਨ ਪੁੱਛਣੇ ਚਾਹੀਦੇ ਆ। ਤਾਂ ਇਨਵਾਇਰਮੈਂਟ, ਜੀਓਗ੍ਰਾਫੀ, ਇਕੋਨੋਮਿਕਸ, ਜੋ ਕਿ UPSC 'ਚ ਪਹਿਲਾਂ ਰੈਲੀਵੈਂਟ ਸੀ, ਉਹ ਅੱਜ ਦੀ ਡੇਟ ਵਿੱਚ ਸਾਡੇ ਪੰਜਾਬ ਦੇ ਐਗਜ਼ਾਮ ਲਈ ਵੀ ਰੈਲੀਵੈਂਟ ਆ। ਐਂਡ ਲਾਸਟ ਹੈ ਐਨਾਲਿਟੀਕਲ ਰੀਜ਼ਨਿੰਗ। ਸੀਨੀਅਰ ਅਸਿਸਟੈਂਟ ਦੇ ਵਿੱਚ ਡੇਟਾ ਸਫੀਸ਼ੈਂਸੀ ਤੋਂ ਕੁਐਸਚਨ ਆਇਆ ਸੀ, ਉਹ ਕੁਐਸਚਨ ਕਰਨ ਵਾਸਤੇ ਤੁਹਾਨੂੰ ਬਿਲਕੁਲ ਕੰਸੈਪਚੁਅਲ ਕਲੈਰਿਟੀ ਚਾਹੀਦੀ ਸੀ। ਤੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਪ੍ਰਤਾਪ ਅਕੈਡਮੀ ਉੱਤੇ ਰੀਜ਼ਨਿੰਗ ਦਾ ਫ੍ਰੀ ਬੈਚ ਚੱਲ ਰਿਹਾ, ਜੋ ਕਿ ਇੱਕ ਪੇਡ ਬੈਚ ਨੂੰ ਵੀ ਮਾਤ ਪਾ ਸਕਦਾ ਵਾ। ਉੱਥੇ ਬੇਸਿਕ ਟੂ ਐਡਵਾਂਸ ਫੁੱਲ ਕਵਰੇਜ ਦੀਪ ਸਰ ਕਰਾ ਰਹੇ ਨੇ। ਤਾਂ ਤੁਸੀਂ ਹਰ ਰੋਜ਼ ਈਵਨਿੰਗ 'ਤੇ ਜੁੜੋ ਤਾਂ ਤੁਹਾਡੀ ਰੀਜ਼ਨਿੰਗ ਖੁਦ ਬਾ ਖੁਦ ਕਲੀਅਰ ਹੁੰਦੀ ਜਾਊਗੀ, ਪ੍ਰੈਕਟਿਸ ਨਾਲ ਦੇ ਨਾਲ ਹੁੰਦੀ ਜਾਊਗੀ। ਤਾਂ ਐਨਾਲਿਟੀਕਲ ਰੀਜ਼ਨਿੰਗ ਨੂੰ ਵੀ ਤੁਹਾਨੂੰ ਤਿਆਰ ਕਰਨਾ ਪਏਗਾ। ਤਾਂ ਇਹ 4 ਨਵੇਂ ਟੋਪਿਕ ਆ ਜੋ ਕਿ ਆਉਣ ਵਾਲੇ ਸਮੇਂ ਵਿੱਚ ਡਿਸਾਈਡਿੰਗ ਫੈਕਟਰ ਹੋਣਗੇ ਸਿਲੈਕਸ਼ਨ ਵਿੱਚ। ਸੈਕਿੰਡ ਜੋ ਸਾਡਾ ਫੈਕਟਰ ਇਹ ਆ ਕਿ ਪੰਜਾਬ GK, ਪੰਜਾਬ GK ਦਾ ਇਹ ਸੀਨ ਆ ਕਿ ਪੰਜਾਬ GK ਵਿੱਚ ਵੇਟੇਜ ਬਹੁਤ ਜ਼ਿਆਦਾ ਵਾ, ਵੇਟੇਜ ਬਹੁਤ ਜ਼ਿਆਦਾ ਵਾ, ਅਤੇ ਪੰਜਾਬ GK ਦਾ ਸਕੋਪ ਬਹੁਤ ਘੱਟ ਆ। ਤਾਂ ਉਹਦੇ ਵਿੱਚ ਡੈਫਥ ਵਿੱਚ ਜਾ ਕੇ ਕੁਐਸਚਨ ਪੁੱਛਣਾ ਐਗਜ਼ਾਮੀਨਰ ਦੀ ਨੀਡ ਆ, ਉਹਨੂੰ ਹਰ ਵਾਰੀ ਸੇਮ ਕੁਐਸਚਨ ਤਾਂ ਪੁੱਛ ਨਹੀਂ ਸਕਦਾ, ਤਾਂ ਉਹਨੂੰ ਵੀ ਕੁਛ ਡੀਪ ਐਨਾਲਿਸਿਸ ਕਰਨਾ ਪਏਗਾ। ਅਤੇ ਇਸ ਕਰਕੇ ਤੁਹਾਨੂੰ ਕੀ ਹੈ ਕਿ ਬਹੁਤ ਜ਼ਿਆਦਾ ਸਟੱਡੀ ਕਰਨੀ ਪਏਗੀ ਪੰਜਾਬ GK। ਨੋਰਮਲੀ ਇਹ ਸਟੈਂਡਰਡ ਐਡਵਾਈਸ ਹੁੰਦੀ ਆ ਕਿ ਸਿੰਗਲ ਸੋਰਸ ਹੋਣਾ ਚਾਹੀਦਾ ਵਾ, ਅਤੇ ਉਹਦੀ ਮਲਟੀਪਲ ਰਿਵੀਜ਼ਨ ਕਰੋ। ਲੇਕਿਨ ਪੰਜਾਬ GK ਦੇ ਕੇਸ 'ਚ ਮਲਟੀਪਲ ਰਿਸੋਰਸਿਸ ਰੱਖਣਾ ਵੀ ਸਾਡੀ ਜ਼ਰੂਰਤ ਆ। ਇੱਕ ਰਿਸੋਰਸ ਕੋਈ ਸਟੈਂਡਰਡ ਬੁੱਕ ਤੁਹਾਡਾ ਨਹੀਂ ਕਰਾ ਸਕਦੀ। ਇਸ ਕਰਕੇ ਜੇ ਤੁਸੀਂ ਆਪਣੇ ਪ੍ਰਤਾਪ ਅਕੈਡਮੀ ਦੇ ਚੈਨਲ 'ਤੇ ਜੁੜੋਗੇ ਤਾਂ ਅੰਕਿਤ ਸਰ ਨੇ ਤੁਹਾਨੂੰ ਕੰਪ੍ਰੀਹੈਂਸਿਵ ਵੇ ਨਾਲ ਪੰਜਾਬ GK ਕਰਾਈ ਆ। ਤੁਸੀਂ ਉਹਨੂੰ ਪੜ੍ਹ ਕੇ ਦੇਖੋ ਅਤੇ ਕੰਪੇਅਰ ਕਰਕੇ ਦੇਖੋ ਕਿ ਇਸ ਪ੍ਰਕਾਰ ਦਾ ਕੰਟੈਂਟ ਤੁਹਾਨੂੰ ਹੋਰ ਕਿਤੇ ਮਿਲਦਾ ਵਾ, ਕਿ ਇੰਨੀ 360° ਕਵਰੇਜ ਬਿਲਕੁਲ ਐਨਾਲਿਟੀਕਲ ਵੇ ਨਾਲ, ਹਰ ਤਰ੍ਹਾਂ ਦੇ ਜੋ ਵੀ ਪਹਿਲੂ ਆ ਸਾਰੇ ਕਵਰ ਹੋਣਗੇ। ਤਾਂ ਕਾਫੀ ਸਾਰੇ ਪੇਡ ਕੋਰਸਿਸ ਤੁਸੀਂ ਦੇਖ ਚੁੱਕੇ ਹੋਗੇ, ਉਹਨਾਂ ਨਾਲ ਸਾਡੇ YouTube ਦੇ ਫ੍ਰੀ ਬੈਚਿਸ ਨੂੰ ਕੰਪੇਅਰ ਕਰਕੇ ਵੇਖਿਓ ਤੇ ਖੁਦ ਤੁਸੀਂ ਜਾਣ ਜਾਓਗੇ ਕੀ ਫਰਕ ਹੁੰਦਾ ਕੁਆਲਿਟੀ ਐਜੂਕੇਸ਼ਨ ਤੇ ਕੁਆਂਟਿਟੀ ਵਿੱਚ। ਨਾਓ ਅਗਲਾ ਫੈਕਟਰ ਇਹ ਆ ਕਿ ਕੁਝ ਟੋਪਿਕਸ ਐਸੇ ਆ ਜਿੱਥੋਂ 100% ਸਕੋਰ ਕਰਨਾ ਪੋਸੀਬਲ ਵੀ ਆ, ਤੇ ਜੋ ਵੀ ਬੰਦਾ ਮੈਰਿਟ 'ਚ ਆ ਰਿਹਾ ਤਾਂ ਉਹ ਸਕੋਰ ਕਰਦਾ ਵੀ ਆ। ਉਹਦੇ ਵਿੱਚ ਪਹਿਲੀ ਚੀਜ਼ ਆ ਕੁਆਂਟ। ਕੁਆਂਟ ਦੇਖੋ 100% ਸਕੋਰ ਕੀਤਾ ਜਾ ਸਕਦਾ, ਐਟਲੀਸਟ 98% ਤੱਕ ਪਹੁੰਚਿਆ ਜਾ ਸਕਦਾ। ਕਿਵੇਂ? ਟਾਈਮ ਸਪੀਡ ਡਿਸਟੈਂਸ ਆ, ਟਾਈਮ ਐਂਡ ਵਰਕ ਆ, ਪ੍ਰੋਫਿਟ ਲੋਸ ਆ, ਰੇਸ਼ੀਓ ਆ, ਐਵਰੇਜ ਆ। ਇਹਦੇ ਵਿੱਚ ਕੀ ਚੇਂਜ ਆ ਜੂਗਾ? ਕੋਨਸੈਪਟ ਤਾਂ ਸੇਮ ਆ, ਹਰ ਇੱਕ ਟੋਪਿਕ ਦੀ ਡਿਫਰੈਂਟ ਟਾਈਪਸ ਆਫ ਕੁਐਸਚਨ ਆ। ਦੀਪ ਸਰ ਨਾਲ ਤੁਸੀਂ ਜੁੜੇ ਹੋਗੇ ਤਾਂ ਉਹ ਹਰ ਟਾਈਪ ਦੇ ਕੁਐਸਚਨ ਤੁਹਾਨੂੰ ਕਰਾ ਦਿੰਦੇ ਆ, ਇਹ ਤੋਂ ਬਾਹਰ ਜਾ ਹੀ ਨਹੀਂ ਸਕਦਾ। ਠੀਕ, GK ਕੀ ਆ ਕਿ ਉਹ ਅਨਪ੍ਰਡਿਕਟੇਬਲ ਆ, ਕਰੰਟ ਅਫੇਅਰ ਅਨਪ੍ਰਡਿਕਟੇਬਲ ਆ, ਲੇਕਿਨ ਕੁਆਂਟ ਤਾਂ ਬਿਲਕੁਲ ਪ੍ਰਡਿਕਟੇਬਲ ਆ। ਜ਼ਿਆਦਾ ਤੋਂ ਜ਼ਿਆਦਾ ਕੀ ਪੁੱਛ ਲਏਗਾ? ਉਹ ਡੇਟਾ ਇੰਟਰਪ੍ਰੀਟੇਸ਼ਨ ਪੁੱਛ ਲਏਗਾ। ਸੀਨੀਅਰ ਅਸਿਸਟੈਂਟ ਲਈ DI ਬਹੁਤ ਜ਼ਰੂਰੀ ਆ। ਤਾਂ ਹਰ ਇੱਕ ਚੀਜ਼ ਸਾਡੇ ਚੈਨਲ ਉੱਤੇ ਕਵਰ ਆ, ਤੁਸੀਂ ਉਹਨੂੰ ਦੇਖੋ। ਤਾਂ ਕੁਆਂਟ ਬੇਸਿਕਲੀ ਤੁਹਾਡਾ 100% ਸਕੋਰ ਹੋਣਾ ਚਾਹੀਦਾ। ਇਸ ਤੋਂ ਇਲਾਵਾ ਰੀਜ਼ਨਿੰਗ ਆ, ਸੇਮ ਕੁਆਂਟ ਵਾਂਗੂ ਇਹਦੇ ਵਿੱਚ ਵੀ 100% ਸਕੋਰ ਕਰਨਾ ਬਿਲਕੁਲ ਮੁਮਕਿਨ ਆ, ਅਤੇ ਲੋਕ ਕਰਦੇ ਆ। ਦੈਨ ਇੰਗਲਿਸ਼ ਗਰਾਮਰ, ਇੰਗਲਿਸ਼ ਗਰਾਮਰ ਵਿੱਚ ਵੋਕੈਬ ਵਾਲਾ ਪੋਰਸ਼ਨ ਛੱਡ ਦਿਓ। ਉਸ ਤੋਂ ਇਲਾਵਾ ਈਵਨ EDM ਫਰੇਜ਼ਿਸ ਵੀ ਬਹੁਤ ਹੀ ਲਿਮਿਟਿਡ ਹੁੰਦੇ ਆ, ਜੇ ਤੁਸੀਂ ਤਿਆਰ ਕਰ ਲਓ ਉਹ ਹੀ ਐਗਜ਼ਾਮ 'ਚ ਰਿਪੀਟ ਹੁੰਦੇ ਆ। ਦੈਨ ਗਰਾਮਰ ਤਾਂ ਸੇਮ ਹੀ ਰਹੇਗੀ, ਟੈਂਸਿਸ ਦੇ ਲੌਜਿਕ ਤਾਂ ਚੇਂਜ ਹੋ ਨਹੀਂ ਸਕਦੇ। ਕਰੰਟ ਅਫੇਅਰ ਵਾਂਗੂ ਹੈ ਨਹੀਂ ਕਿ ਟੈਂਸਿਸ ਇੱਕ ਲਿਮਿਟਿਡ ਆ, ਤੁਹਾਨੂੰ ਕੋਨਸੈਪਟ ਕਲੀਅਰ ਆ, ਤੁਸੀਂ ਪ੍ਰੈਕਟਿਸ ਕੀਤੀ ਆ, ਤੇ ਡੈਫੀਨੇਟਲੀ ਤੁਸੀਂ ਇਹ 'ਚ 100% ਸਕੋਰ ਕਰ ਲਓਗੇ ਗਰਾਮਰ ਵਾਲਾ ਪੋਰਸ਼ਨ। ਵੋਕੈਬ ਕੀ ਆ ਕਿ ਉਹਦਾ ਕੋਈ
ਉਹਦਾ ਦਾਇਰਾ ਬਹੁਤ ਵੱਡਾ ਹੈ, ਉਹਨੂੰ ਅਸੀਂ ਛੱਡ ਸਕਦੇ ਹਾਂ। ਦੈਨ ਕੰਪਿਊਟਰ, ਕੰਪਿਊਟਰ ਦਾ ਇਹ ਆ ਕਿ ਪੰਜਾਬ ਲੈਵਲ 'ਤੇ ਜਿਹੜਾ ਐਗਜ਼ਾਮੀਨਰ ਆ ਹਜੇ ਇਨੋਵੇਸ਼ਨ ਨਹੀਂ ਕਰ ਰਿਹਾ। ਕੰਪਿਊਟਰ ਵਿੱਚ ਲਿਮਿਟਡ ਟੋਪਿਕਸ 'ਤੇ ਰਿਪੀਟ ਹੁੰਦੇ ਆ ਕੁਸ਼ਚਨ, ਤਾਂ ਕੰਪਿਊਟਰ ਨੂੰ ਵੀ 100% ਸਕੋਰ ਕਰਨਾ ਬਿਲਕੁਲ ਪੋਸੀਬਲ ਆ। ਤਾਂ ਇਹ ਚਾਰ ਸਬਜੈਕਟਸ ਦੇ ਵਿੱਚ ਜੇ ਤੁਸੀਂ 100% ਸਕੋਰ ਨਹੀਂ ਕਰ ਰਹੇ ਤਾਂ ਤੁਸੀਂ ਕੰਪੀਟੀਸ਼ਨ ਤੋਂ ਵੈਸੇ ਹੀ ਬਾਹਰ ਹੋ ਜਾਓਗੇ, ਕਿਉਂਕਿ ਕੋਈ ਵੀ ਸਿੰਸੀਅਰ ਸਟੂਡੈਂਟ ਆ ਜਿਹਨਾਂ ਜਿਹੜਾ ਹੰਡਿਆ, ਜਿਹਨੇ ਦੇਖੇ ਕੰਪੀਟੀਸ਼ਨ ਐਗਜ਼ਾਮ, ਜੋ ਐਕਸਪੀਰੀਅੰਸਡ ਆ, ਉਹਦੇ ਇਹ ਟੋਪਿਕ ਸਾਰੇ ਮਜ਼ਬੂਤ ਹੋਣਗੇ, ਉਹ ਬਿਲਕੁਲ ਸੋਲਵ ਕਰੇਗਾ, ਬਿਲਕੁਲ ਐਕੂਰੇਸੀ ਨਾਲ ਸੋਲਵ ਕਰੇਗਾ। ਤਾਂ ਇਹਨਾਂ ਵਿੱਚ 100% ਸਕੋਰ ਕਰੋਗੇ ਤਾਂ ਹੀ ਤੁਹਾਡੀ ਕੱਟ ਆਫ ਦਾ ਬੇਸ ਤਿਆਰ ਹੋਊਗਾ। ਇਸ ਕੱਟ ਆਫ ਦੇ ਬੇਸ ਬੇਸਿਕਲੀ ਇਹਨਾਂ 'ਤੇ 100% ਸਕੋਰ ਕਰਕੇ ਉਹਦੇ ਉੱਪਰ ਜਿੰਨਾ ਜ਼ਿਆਦਾ ਤੁਸੀਂ GK, ਕਰੰਟ ਅਫੇਅਰ, ਦੈਨ ਪੰਜਾਬੀ ਗਰਾਮਰ, ਇਹਨਾਂ ਟੋਪਿਕਸ ਤੋਂ ਸਕੋਰ ਕਰ ਪਾਓ, ਇਹੋ ਹੀ ਤੁਹਾਡੀ ਸਿਲੈਕਸ਼ਨ ਦੇ ਤੁਹਾਡੀ ਜਿਹੜੇ ਚਾਂਸਿਸ ਆ ਉਹ ਵਧਾਏਗਾ। ਤਾਂ ਇਹਨਾਂ 'ਚ 100% ਸਕੋਰ ਕਰਨਾ ਬਹੁਤ ਜ਼ਰੂਰੀ ਆ। ਦੈਨ ਐਗਜ਼ਾਮ ਕੀ ਆ ਕਿ ਸਿਰਫ ਅਤੇ ਸਿਰਫ ਨੌਲੇਜ ਦੀ ਗੇਮ ਨਹੀਂ ਆ। ਐਗਜ਼ਾਮ ਇੱਕ ਤੁਹਾਡੀ ਪਰਸਨੈਲਿਟੀ ਨੂੰ ਟੈਸਟ ਕਰਦਾ ਵਾ, ਤੁਹਾਡੀ ਮੈਨੇਜਮੈਂਟ ਸਕਿੱਲਸ ਨੂੰ ਟੈਸਟ ਕਰਦਾ। ਐਗਜ਼ਾਮ ਵਿੱਚ ਬਹੁਤ ਸਾਰੇ ਸਟੂਡੈਂਟ ਸੀ, ਖਾਸ ਕਰਕੇ ਸੀਨੀਅਰ ਅਸਿਸਟੈਂਟ ਦੇ ਐਗਜ਼ਾਮ ਵਿੱਚ ਕਾਫੀ ਲੋਕਾਂ ਨੂੰ ਮੈਂ ਜਾਣਦਾ ਕਿ ਜਿਨ੍ਹਾਂ ਦੀ ਨੌਲੇਜ ਬਹੁਤ ਵਧੀਆ ਸੀ, ਉਹ ਸਾਰੇ ਕੁਸ਼ਚਨ ਸੋਲਵ ਕਰ ਵੀ ਲੈਂਦੇ, ਲੇਕਿਨ ਉਹਨਾਂ ਕੋਲ ਟਾਈਮ ਨਹੀਂ ਮੈਨੇਜ ਹੋਇਆ, ਟਾਈਮ ਘੱਟ ਪੈ ਗਿਆ ਤਾਂ ਕੁਸ਼ਚਨ ਹੀ ਛੁੱਟ ਗਏ, ਪੇਪਰ ਹੀ ਛੁੱਟ ਗਿਆ। ਇਹ ਤੋਂ ਦੁੱਖ ਵਾਲੀ ਗੱਲ ਕੀ ਹੋ ਸਕਦੀ, ਬੰਦਾ ਘਰ ਆ ਕੇ ਦੇਖੇਗਾ ਕਿ ਯਾਰ ਸਵਾਲ ਤਾਂ ਮੈਨੂੰ ਆਉਂਦਾ ਸੀ ਲੇਕਿਨ ਟਾਈਮ ਹੀ ਨਹੀਂ ਬਚਿਆ। ਤਾਂ ਟਾਈਮ ਨੂੰ ਮੈਨੇਜ ਕਰਨਾ ਇੱਕ ਸਕਿੱਲ ਆ, ਇੱਕ ਆਰਟ ਆ, ਉਹਦੇ ਵਾਸਤੇ ਤੁਹਾਡੇ ਕੋਲ ਕੁਝ ਸਕਿੱਲ ਸੈਟਸ ਹੋਣੇ ਚਾਹੀਦੇ ਆ। ਪਹਿਲੀ ਚੀਜ਼, ਤੁਹਾਡੀ ਰੀਡਿੰਗ ਸਪੀਡ ਹਾਈ ਹੋਣੀ ਚਾਹੀਦੀ ਹੈ। ਜੇ ਤੁਸੀਂ ਸਲੋ ਰੀਡ ਕਰਦੇ ਹੋ ਤਾਂ ਤੁਹਾਡਾ 1 word ਵਾਲਾ ਕੋਈ, ਜਿੱਦਾਂ ਮੰਨ ਲਓ ਤੁਸੀਂ ਕੋਈ ਗਰੁੱਪ D ਦਾ ਪੇਪਰ ਦੇ ਰਹੇ ਹੋ, ਕਲੀਅਰ ਕਰ ਸਕਦੇ ਹੋ, ਲੇਕਿਨ ਗਰੁੱਪ B ਦਾ, ਗਰੁੱਪ A ਦਾ ਪੇਪਰ ਕੋਈ ਵੀ ਉਠਾ ਲਓ, ਉਹਦੇ ਵਿੱਚ ਸਟੇਟਮੈਂਟ ਵਾਈਜ਼ ਕੁਸ਼ਚਨ ਹੋਊਗਾ। ਇੱਕ ਕੁਸ਼ਚਨ ਦੇ ਵਿੱਚ 4 to 5 ਸਟੇਟਮੈਂਟਸ ਹੋਣਗੀਆਂ, ਉਹ ਵੀ ਲੈਂਥੀ। ਉਹਦੇ ਵਿੱਚ ਕੀ ਆ ਕਿ ਇੰਨੀ ਰੀਡਿੰਗ ਸਪੀਡ ਹਾਈ ਚਾਹੀਦੀ ਆ ਕਿ ਤੁਸੀਂ ਜਲਦੀ ਉਹਨੂੰ ਰੀਡ ਕਰ ਪਾਓ, ਐਨਾਲਾਈਜ਼ ਕਰ ਪਾਓ ਅਤੇ ਆਂਸਰ ਕਰ ਪਾਓ। ਠੀਕ, ਰੀਡਿੰਗ ਸਪੀਡ ਕਿਵੇਂ ਹਾਈ ਹੁੰਦੀ ਆ? ਰੀਡਿੰਗ ਸਪੀਡ ਹਾਈ ਹੁੰਦੀ ਆ ਪ੍ਰੈਕਟਿਸ ਦੇ ਨਾਲ। ਪ੍ਰੈਕਟਿਸ ਕੀ ਕਰਨੀ ਆ? ਹਮੇਸ਼ਾ ਟਾਈਮ ਬਾਊਂਡ ਮੈਨਰ ਵਿੱਚ ਸਟੱਡੀ ਕਰੋ, ਸਲੋ ਰੀਡਿੰਗ ਕਰਨ ਦੀ ਆਦਤ ਨੂੰ ਛੱਡੋ, ਇੱਕ ਆਦਤ ਦੀ ਤਰ੍ਹਾਂ ਵਾ। ਜ਼ਿਆਦਾ ਤੇਜ਼ ਪੜ੍ਹੋਗੇ, ਬ੍ਰੇਨ ਦੀ ਜੋ ਸਪੀਡ ਆ ਉਹ ਲਾਈਟ ਦੇ ਹਿਸਾਬ ਨਾਲ ਚੱਲਦੀ ਆ। ਲਾਈਟ ਦੀ ਸਪੀਡ ਨਾਲ ਸਾਡਾ ਮਾਇੰਡ ਕੰਮ ਕਰਦਾ, ਲੇਕਿਨ ਅਸੀਂ ਖੁਦ ਹੀ ਉਹਨੂੰ ਮਤਲਬ ਇਵੇਂ ਟ੍ਰੇਨ ਕਰ ਲਿਆ ਕਿ ਸਲੋ ਰੀਡ ਕਰਨਾ। ਤਾਂ ਇੱਕ ਪੁਆਇੰਟਰ ਰੱਖ ਕੇ, ਜਿੱਦਾਂ ਪੈਨ ਇੱਕ ਪੁਆਇੰਟਰ ਰੱਖ ਕੇ ਉਹਨੂੰ ਤੇਜ਼ ਤੇਜ਼ ਘੁਮਾ ਕੇ ਪੜ੍ਹੋ, ਉਹਦੇ ਨਾਲ ਕੀ ਹੋਊਗਾ, ਤੁਹਾਡੀ ਰੀਡਿੰਗ ਸਪੀਡ ਇਨਕਰੀਜ਼ ਹੋਊਗੀ। ਦੈਨ ਕੈਲਕੂਲੇਸ਼ਨ ਸਪੀਡ, ਮੈਥ ਦਾ ਸਵਾਲ ਆ, ਮੰਨ ਲਓ ਮੈਨੂੰ ਟਾਈਮ ਸਪੀਡ ਡਿਸਟੈਂਸ ਦਾ ਕੋਨਸੈਪਟ ਪਤਾ ਵਾ, ਮੈਨੂੰ ਬੋਟ ਐਂਡ ਸਟ੍ਰੀਮ ਦੇ ਫਾਰਮੂਲਾਸ ਆਉਂਦੇ ਆ, ਲੇਕਿਨ ਮੇਰੀ ਕੈਲਕੂਲੇਸ਼ਨ ਫਸ ਗਈ, ਕੈਲਕੂਲੇਸ਼ਨ ਕਰਨ ਵਾਸਤੇ ਮੈਂ ਫਿਰ ਉਹ ਮਲਟੀਪਲਾਈ ਕਰ ਰਿਹਾ ਵਾਂ ਬੇਸਿਕ ਮੈਥਡ ਨਾਲ, ਤਾਂ ਮੈਨੂੰ 5 minutes ਲੱਗ ਗਏ ਉਹ ਸਵਾਲ ਸੋਲਵ ਕਰਨ ਨੂੰ, ਇਹਦਾ ਮਤਲਬ ਮੈਂ ਕੰਪੀਟੀਸ਼ਨ ਤੋਂ ਬਾਹਰ ਹੋ ਗਿਆ। ਠੀਕ, ਕਿਸੇ ਵੀ ਕੁਸ਼ਚਨ ਨੂੰ ਮੈਥ ਦਾ ਅਸੀਂ 1 minute ਦੇ ਵਿੱਚ ਸੋਲਵ ਉਦੋਂ ਹੀ ਕਰ ਸਕਦੇ ਹਾਂ ਜੇ ਸਾਡੀ ਕੈਲਕੂਲੇਸ਼ਨ ਸਪੀਡ ਹਾਈ ਆ। ਪਹਿਲਾਂ ਤਾਂ ਸਾਨੂੰ ਮੈਂਟਲ ਕੈਲਕੂਲੇਸ਼ਨ ਕਰਨ ਦੀ ਪ੍ਰੈਕਟਿਸ ਕਰਨੀ ਪਏਗੀ, ਉਹਦੇ ਲਈ ਸਾਡੇ ਟੇਬਲਸ, ਸਕੁਅਰ ਰੂਟ, ਕਿਊਬ ਰੂਟ ਸਾਡੇ ਟਿਪਸ 'ਤੇ ਹੋਣੇ ਚਾਹੀਦੇ ਆ। ਠੀਕ, ਉਹ ਤੋਂ ਇਲਾਵਾ ਦੀਪ ਸਰ ਤੁਹਾਨੂੰ ਹਮੇਸ਼ਾ ਗਾਈਡ ਕਰਨਗੇ ਕਿ ਕਿਵੇਂ ਸਪੀਡ ਨੂੰ ਇਨਕਰੀਜ਼ ਕਰਨਾ। ਤਾਂ ਕੈਲਕੂਲੇਸ਼ਨ ਸਪੀਡ ਦੀ ਜ਼ਰੂਰਤ ਆ, ਸਿਰਫ ਕੋਨਸੈਪਟ ਕੰਮ ਨਹੀਂ ਆਉਣਗੇ। ਦੈਨ ਲੈਂਥੀ ਮੌਕ ਟੈਸਟ ਨੂੰ ਸੋਲਵ ਕਰੋ ਰੀਅਲ ਟਾਈਮ ਪ੍ਰੈਸ਼ਰ ਵਿੱਚ, ਜਿਵੇਂ ਐਗਜ਼ਾਮ ਦੇ ਲੈਂਥੀ ਮੌਕਸ ਹੁੰਦੇ ਆ ਉਹਨਾਂ ਨੂੰ ਪ੍ਰੈਕਟਿਸ ਕਰੋ। ਪਹਿਲਾਂ ਤੁਸੀਂ 2 ਘੰਟੇ ਦਾ ਟਾਈਮ ਲਓ, ਦੈਨ ਆਪਣਾ ਟਾਈਮ 1 ਘੰਟਾ 50 minutes ਕਰ ਦਿਓ, ਦੈਨ 1 ਘੰਟਾ 40 minutes, ਦੈਨ ਤੁਸੀਂ ਅਲਟੀਮੇਟਲੀ ਇੰਨੀ ਪ੍ਰੈਕਟਿਸ ਕਰਨੀ ਆ ਕਿ 90 minutes ਦੇ ਵਿੱਚ ਤੁਸੀਂ 100 questions ਸੋਲਵ ਕਰ ਪਾਓ। ਕਿਉਂਕਿ ਐਗਜ਼ਾਮ ਦੇ ਵਿੱਚ ਤੁਹਾਨੂੰ ਨੈੱਟ 2 ਘੰਟੇ ਨਹੀਂ ਮਿਲਦੇ, ਉਹਦੇ ਵਿੱਚ ਤੁਹਾਡੇ ਕੋਲ ਬਾਇਓਮੈਟ੍ਰਿਕਸ ਵਾਲਾ ਵੀ ਆਏਗਾ, ਤੁਹਾਡੇ ਕੋਲ ਸਾਈਨ ਕਰਾਉਣ ਵੀ ਆਏਗਾ, ਥੋੜ੍ਹਾ ਬਹੁਤ ਤੁਹਾਡਾ ਵੈਸੇ ਟਾਈਮ ਵੇਸਟ ਹੋ ਜਾਏਗਾ। ਤਾਂ ਉਹ ਸਾਰੀ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਤੁਹਾਨੂੰ 90 minutes ਦੇ ਵਿੱਚ 100 questions ਨੂੰ ਸੋਲਵ ਕਰਨ ਦੀ ਪ੍ਰੈਕਟਿਸ ਕਰਨੀ ਆ। ਇਹ ਕਿਵੇਂ ਹੋਊਗੀ? ਜਦੋਂ ਤੁਸੀਂ ਸੇਮ ਪੈਟਰਨ ਦੇ ਕੁਸ਼ਚਨ ਪੇਪਰ ਨੂੰ ਸੋਲਵ ਕਰੋਗੇ ਟਾਈਮ ਦੇ ਪ੍ਰੈਸ਼ਰ ਵਿੱਚ। ਦੈਨ ਪੇਪਰ ਨੂੰ ਹਮੇਸ਼ਾ ਰਾਊਂਡਸ ਦੇ ਵਿੱਚ ਸੋਲਵ ਕਰੀਦਾ। ਕਦੀ ਵੀ ਇਹ ਨਹੀਂ ਹੁੰਦਾ ਕਿ ਕੁਸ਼ਚਨ ਪੇਪਰ ਦੇਖਿਆ, ਪਹਿਲੇ ਕੁਸ਼ਚਨ ਤੋਂ ਸਟਾਰਟ ਹੋ ਗਏ,
ਐਗਜ਼ਾਮੀਨਰ ਨੇ ਆਪਣੇ ਹਿਸਾਬ ਨਾਲ ਪੇਪਰ ਨੂੰ ਡਿਜ਼ਾਈਨ ਕੀਤਾ ਹੁੰਦਾ, ਉਹਨੇ ਪਹਿਲਾਂ ਐਸੇ ਕੁਐਸਚਨ ਰੱਖੇ ਹੋਣਗੇ ਜੋ ਤੁਹਾਡਾ ਟਾਈਮ ਖਾਣਗੇ। ਐਗਜ਼ਾਮੀਨਰ ਕਈ ਕੁਐਸਚਨਾਂ ਨੂੰ ਇਸ ਤਰੀਕੇ ਨਾਲ ਡਿਜ਼ਾਈਨ ਕਰਦਾ ਵਾ ਕਿ ਉਹ ਤੁਹਾਡੀ ਨੌਲੇਜ ਨਹੀਂ ਟੈਸਟ ਕਰ ਰਿਹਾ, ਉਹ ਤੁਹਾਡਾ ਟਾਈਮ ਵੇਸਟ ਕਰਾ ਰਿਹਾ। ਕੋਈ ਬਹੁਤ ਲੰਬੀ ਕੈਲਕੂਲੇਸ਼ਨ ਪਾ ਦੇਗਾ, ਕੋਈ ਬਹੁਤ ਲੰਬੀ ਸਟੇਟਮੈਂਟ ਵਾਲਾ ਜੀਕੇ ਦਾ ਕੁਐਸਚਨ ਪਾ ਦੇਗਾ, ਉਹ ਬੇਸਿਕਲੀ ਤੁਹਾਡਾ ਟਾਈਮ ਖਾਣ ਵਾਸਤੇ ਆ। ਉਹਨੂੰ ਕੀ ਕਰਨਾ ਹੁੰਦਾ, ਇਗਨੋਰ ਕਰਨਾ ਹੁੰਦਾ। ਸਭ ਤੋਂ ਪਹਿਲਾਂ ਪੇਪਰ ਨੂੰ ਸਕੈਨ ਕੀਤਾ ਤਾਂ ਰੀਡ ਕਰਦੇ ਗਏ ਤਾਂ ਪੇਪਰ ਨੂੰ ਪਹਿਲਾਂ ਐਕਸ ਵਾਈ ਜੈਡ ਕੈਟੇਗਰੀ 'ਚ ਪਾ ਲਿਆ। ਵੈਸੇ ਤਾਂ ਮੰਨ ਲਓ ਤੁਸੀਂ ਕੁਐਸਚਨ ਪੜ੍ਹਿਆ, ਤੁਹਾਨੂੰ ਆਂਸਰ ਆਉਂਦਾ, ਤੁਸੀਂ ਮਾਰਕ ਕੀਤਾ ਅੱਗੇ ਲੰਘੇ, ਲੇਕਿਨ ਤੁਸੀਂ ਦੇਖਿਆ ਕਿ ਕੁਐਸਚਨ ਆਉਂਦਾ ਤਾਂ ਹੈ ਲੇਕਿਨ ਇਹ ਬਹੁਤ ਹੀ ਲੈਂਥੀ ਆ। ਇਹ ਮੈਥ ਦਾ ਸਵਾਲ ਤੁਹਾਨੂੰ ਆਉਂਦਾ ਵਾ ਲੇਕਿਨ ਤੁਹਾਨੂੰ ਪਤਾ ਵਾ ਕਿ 'ਚ ਤੁਹਾਡਾ ਟਾਈਮ ਬਹੁਤ ਲੱਗੇਗਾ। ਤੁਸੀਂ ਉਹਨੂੰ ਮਾਰਕ ਕਰਕੇ ਉਹਦੇ ਉੱਤੇ ਐਕਸ ਦਾ ਨਿਸ਼ਾਨ ਬਣਾ ਤਾ। ਇਹ ਉਹ ਕੁਐਸਚਨ ਹੋਣਗੇ ਜਿਹੜੇ ਤੁਹਾਨੂੰ ਆਉਂਦੇ ਆ ਲੇਕਿਨ ਇਹ ਟਾਈਮ ਕੰਜ਼ਿਊਮਿੰਗ ਆ, ਇਸ ਕਰਕੇ ਇਹਨੂੰ ਸੈਕਿੰਡ ਰਾਊਂਡ 'ਚ ਆਪਾਂ ਕਰਨਾ, ਠੀਕ। ਦੈਨ ਤੁਸੀਂ ਰੀਡ ਕੀਤਾ, ਇੱਕ ਕੁਐਸਚਨ 'ਚ ਪਹੁੰਚੇ ਤੁਸੀਂ, ਉਹਦੇ ਵਿੱਚ ਚਾਰ ਆਪਸ਼ਨ ਸੀ, ਤੁਸੀਂ ਦੋ ਆਪਸ਼ਨਸ ਨੂੰ ਐਲੀਮੀਨੇਟ ਕਰਤਾ ਲੇਕਿਨ ਦੋ ਆਪਸ਼ਨ ਦੇ ਵਿੱਚ ਤੁਹਾਨੂੰ ਆਂਸਰ ਨਹੀਂ ਪਤਾ ਕਿ ਐਗਜੈਕਟ ਕੀ ਆ, ਤਾਂ ਉਹ 'ਚ 50% ਐਲੀਮੀਨੇਸ਼ਨ ਹੋ ਗਈ ਆ, ਉਹਨੂੰ ਤੁਸੀਂ ਵਾਈ ਕੈਟੇਗਰੀ ਵਿੱਚ ਪਾਤਾ ਕਿ ਇਹਨਾਂ ਨੂੰ ਅਸੀਂ ਦੇਖਾਂਗੇ ਬਾਅਦ ਵਿੱਚ। ਅਤੇ ਦੈਨ ਇੱਕ ਐਸੀ ਕੈਟੇਗਰੀ ਕੁਐਸਚਨ ਹੈ ਜਿਹਦਾ ਤੁਹਾਨੂੰ ਕੋਈ ਆਈਡੀਆ ਨਹੀਂ ਕਿ ਇਹ ਕੁਐਸਚਨ ਕਿਹੜੀ ਕੈਟੇਗਰੀ ਦਾ, ਕੀ ਇਹਦੇ ਆਂਸਰ ਹੋਊਗਾ, ਉਹਨੂੰ ਜੈਡ ਕੈਟੇਗਰੀ 'ਚ ਪਾਤਾ। ਯੂ ਹੈਵ ਨੋ ਆਈਡੀਆ, ਤੁਹਾਨੂੰ ਕੋਈ ਆਈਡੀਆ ਨਹੀਂ ਕਿ ਇਸਨੂੰ ਕਿਵੇਂ ਸੋਲਵ ਕਰਨਾ। ਹੁਣ ਪਹਿਲਾ ਰਾਊਂਡ ਆਊਗਾ, ਸਭ ਤੋਂ ਪਹਿਲਾਂ ਐਕਸ ਕੈਟੇਗਰੀ ਵਾਲੇ ਕੁਐਸਚਨ ਨੂੰ ਸੋਲਵ ਕਰਾਂਗੇ, ਉਹ ਤੋਂ ਬਾਅਦ ਸੈਕਿੰਡ ਰਾਊਂਡ ਵਿੱਚ ਅਸੀਂ ਵਾਈ ਕੈਟੇਗਰੀ ਵਾਲੇ ਨੂੰ ਸੋਲਵ ਕਰਾਂਗੇ। ਫਿਰ ਜੇ ਸਾਡੇ ਕੋਲ ਟਾਈਮ ਬਚਿਆ ਤਾਂ ਅਸੀਂ ਜੈਡ ਕੈਟੇਗਰੀ ਵਾਲੇ ਕੁਐਸਚਨ ਆਵਾਂਗੇ, ਜਿਹੜੇ ਉਹ ਕੁਐਸਚਨ ਆ ਜਿਨ੍ਹਾਂ ਦਾ ਸਾਨੂੰ ਆਈਡੀਆ ਹੀ ਨਹੀਂ ਆ। ਜੇ ਤੁਸੀਂ ਪਹਿਲਾਂ ਹੀ ਜੈਡ ਕੈਟੇਗਰੀ ਕੁਐਸਚਨ 'ਤੇ ਟਾਈਮ ਵੇਸਟ ਕਰਤਾ, ਇਹਦਾ ਮਤਲਬ ਤੁਸੀਂ ਐਕਸ ਅਤੇ ਵਾਈ ਕੈਟੇਗਰੀ ਵਾਲੇ ਕੁਐਸਚਨਾਂ ਵਾਸਤੇ ਟਾਈਮ ਤੁਹਾਡੇ ਕੋਲ ਘੱਟ ਬਚੇਗਾ। ਤਾਂ ਸਾਡੀ ਇੱਕ ਮਤਲਬ ਕੋਮਨ ਸੈਂਸ ਆ ਕਿ ਜਿਹੜੀ ਚੀਜ਼ ਸਾਨੂੰ ਆਉਂਦੀ ਆ ਅਤੇ ਜਿਹਦੇ ਵਿੱਚ ਅਸੀਂ 50% ਐਲੀਮੀਨੇਟ ਕਰ ਲਿਆ, ਸਾਨੂੰ ਉਹਨੂੰ ਪਹਿਲਾਂ ਸੋਲਵ ਕਰਨਾ ਚਾਹੀਦਾ, ਨਾ ਕਿ ਜੈਡ ਕੈਟੇਗਰੀ ਕੁਐਸਚਨ ਜਿਹਦਾ ਕੋਈ ਆਈਡੀਆ ਹੀ ਨਹੀਂ ਹੈ, ਉਹ 'ਤੇ ਅਨਨੈਸੈਸਰੀ ਟਾਈਮ ਵੇਸਟ ਕਰਨਾ ਬੇਵਕੂਫੀ ਆ। ਤਾਂ ਇਸ ਤਰੀਕੇ ਨਾਲ ਸਾਨੂੰ ਟਾਈਮ ਮੈਨੇਜ ਕਰਨਾ ਆਉਣਾ ਚਾਹੀਦਾ। ਲਾਸਟ ਚੀਜ਼ ਆ ਐਗਜ਼ਾਮ ਵਿੱਚ ਸਟ੍ਰੈਸ ਨੂੰ ਮੈਨੇਜ ਕਰਨਾ। ਜਿਨ੍ਹਾਂ ਵਿਅਕਤੀ ਨੇ ਵੀ ਐਗਜ਼ਾਮ ਦਿੱਤਾ ਪਹਿਲਾਂ, ਉਹਨਾਂ ਨੂੰ ਪਤਾ ਹੋਊਗਾ ਕਿ ਕੰਪੀਟੀਸ਼ਨ ਐਗਜ਼ਾਮ 'ਚ ਜਾ ਕੇ ਬਹੁਤ ਲੋਕਾਂ ਦੇ ਹੱਥ ਕੰਬਣ ਲੱਗ ਪੈਂਦੇ ਆ, ਲੋਕਾਂ ਨੂੰ ਸਟ੍ਰੈਸ ਆਉਣ ਲੱਗ ਪੈਂਦਾ, ਡਰ ਲੱਗਣ ਲੱਗ ਪੈਂਦਾ। ਉਹਦੇ ਕਰਕੇ ਕੀ ਹੁੰਦਾ, ਪੜ੍ਹਿਆ ਖੁਦ ਕਈ ਫਾਰਮੂਲੇ ਭੁੱਲਣ ਲੱਗ ਪੈਣਗੇ, ਕਈ ਲੋਕਾਂ ਨੂੰ ਗਲਤੀ ਲੱਗੇਗੀ, ਉਹ ਕਰਕੇ ਕੀ ਕਰਨਗੇ, ਸਿਲੀ ਮਿਸਟੇਕਸ ਕਰਨਗੇ, ਆਂਸਰ ਏ ਮਾਰਕ ਕਰਨਾ ਹੀ ਬੀ ਮਾਰਕ ਕਰ ਹੈ। ਇਸ ਤਰੀਕੇ ਦੀ ਗਲਤੀਆਂ ਕਿਉਂ ਹੁੰਦੀਆਂ, ਕਈ ਲੋਕ ਕਹਿੰਦੇ ਸਾਨੂੰ ਆਉਂਦਾ ਤਾਂ ਬਹੁਤ ਸੀ ਲੇਕਿਨ ਅਸੀਂ ਕਰ ਨਹੀਂ ਪਾਏ, ਉਹ ਬੇਸਿਕਲੀ ਇਸ ਕਰਕੇ ਹੁੰਦਾ ਤੁਸੀਂ ਤੁਹਾਡੀ ਸਟ੍ਰੈਸ ਨੂੰ ਮੈਨੇਜ ਕਰਨ ਦੀ ਸਕਿੱਲ ਨਹੀਂ ਹੈਗੀ। ਐਗਜ਼ਾਮ ਤੁਹਾਡੀ ਸਿਰਫ ਅਤੇ ਸਿਰਫ ਨੌਲੇਜ ਨਹੀਂ ਟੈਸਟ ਕਰਦਾ, ਉਹ ਟੈਸਟ ਕਰਦਾ ਵਾ ਕਿ ਤੁਸੀਂ ਪ੍ਰੈਸ਼ਰ ਦੀ ਸਿਚੁਏਸ਼ਨ ਵਿੱਚ, ਸਟ੍ਰੈਸ ਵਿੱਚ ਤੁਸੀਂ ਆਪਣੇ ਮਾਈਂਡ ਨੂੰ ਫੋਕਸ ਰੱਖ ਪਾਉਂਦੇ ਹੋ ਕਿ ਨਹੀਂ। ਉਸ ਚੀਜ਼ ਨੂੰ ਸਾਨੂੰ ਟ੍ਰੇਨ ਕਰਨਾ ਪੈਂਦਾ। ਇਹਨੂੰ ਕਿਵੇਂ ਟ੍ਰੇਨ ਕਰ ਸਕਦੇ ਹਾਂ, ਅਗੇਨ ਮੌਕਸ ਲਗਾ ਕੇ। ਜਿੰਨੇ ਜ਼ਿਆਦਾ ਤੁਸੀਂ ਮੌਕਸ ਲਗਾਓਗੇ, ਉਨਾ ਜ਼ਿਆਦਾ ਤੁਹਾਡਾ ਐਗਜ਼ਾਮ ਦਾ ਜਿਹੜਾ ਫੀਅਰ ਆ, ਐਗਜ਼ਾਮ ਦੇ ਵਿੱਚ ਪ੍ਰੈਸ਼ਰ ਵਿੱਚ ਜਿਹੜਾ ਡਰ ਆ ਉਹ ਖਤਮ ਹੋਊਗਾ। ਆਪਣੇ ਆਪ ਨੂੰ ਹਰ ਰੋਜ਼ ਸਟ੍ਰੈਸਫੁਲ ਸਿਚੁਏਸ਼ਨ 'ਚ ਪਾ ਕੇ ਸੋਚਣਾ ਸਿੱਖੋ। ਕਈ ਇੱਕ ਐਕਸਰਸਾਈਜ਼ ਵੀ ਐਸੀ ਹੁੰਦੀਆਂ ਕਿ ਮੰਨ ਲਓ ਤੁਸੀਂ ਬਹੁਤ ਤੇਜ਼ ਸਪ੍ਰਿੰਟ ਲਗਾਈ, ਬੇਸਿਕਲੀ ਆਰਟੀਫਿਸ਼ੀਅਲ ਸਟ੍ਰੈਸ ਕ੍ਰੀਏਟ ਕਰਨਾ। ਤੁਸੀਂ ਕੋਈ ਵੀ ਕਾਰਡੀਓ ਐਕਸਰਸਾਈਜ਼ ਕਰੋਗੇ, ਤੁਹਾਡਾ ਜਿਹੜਾ ਹਾਰਟ ਆ ਬਹੁਤ ਤੇਜ਼ ਬੀਟ ਕਰ ਰਿਹਾ, ਬੇਸਿਕਲੀ ਇਹ ਆਰਟੀਫਿਸ਼ੀਅਲ ਸਿਚੁਏਸ਼ਨ ਹੋ ਗਈ। ਜਿਵੇਂ ਰੀਅਲ ਟਾਈਮ ਸਟ੍ਰੈਸ ਹੁੰਦਾ ਬੰਦੇ ਦਾ ਹਾਰਟ ਤੇਜ਼ ਬੀਟ ਕਰਦਾ, ਉਸ ਸਿਚੁਏਸ਼ਨ ਤੁਸੀਂ ਮੈਥ ਦਾ ਸਵਾਲ ਲਗਾਓ। ਇਹ ਬੇਸਿਕਲੀ ਇਹ ਵੀ ਟੈਕਨੀਕ ਆ ਜੋ ਸਾਈਕੋਲੋਜਿਸਟ ਨੇ ਡਿਵੈਲਪ ਕੀਤੀ ਕਿ ਬੰਦੇ ਨੂੰ ਸਟ੍ਰੈਸ ਮੈਨੇਜ ਕਰਨਾ ਆਉਂਦਾ ਇਹਦੇ ਨਾਲ, ਠੀਕ। ਤਾਂ ਇਹ ਥੋੜ੍ਹਾ ਮੈਡੀਟੇਸ਼ਨ ਕਰ ਸਕਦੇ ਹੋ, ਯੋਗਾ ਕਰ ਸਕਦੇ, ਇਹਦੇ ਨਾਲ ਕੀ ਆ ਮਾਇੰਡ ਫੋਕਸਡ ਰਹੇਗਾ। ਇਹ ਬਹੁਤ ਜ਼ਰੂਰੀ ਆ, ਸਿਰਫ ਨੌਲੇਜ ਨਾਲ ਗੱਲ ਨਹੀਂ ਬਣਦੀ ਅੱਜ ਦੇ ਸਮੇਂ 'ਚ। ਤਾਂ ਇਹ ਫੈਕਟਰ ਕਰਕੇ ਤੁਸੀਂ ਕੰਪੀਟੀਸ਼ਨ ਵਿੱਚ ਅੱਗੇ ਨਿਕਲ ਸਕਦੇ ਹੋ। ਬਹੁਤ ਵੱਡੀ ਭੀੜ ਆ ਕੰਪੀਟੀਸ਼ਨ ਐਗਜ਼ਾਮ ਦੀ, ਗਿਣੇ ਚੁਣੇ ਲੋਕ ਸਿਲੈਕਟ ਹੁੰਦੇ ਆ। ਉਹ ਇਹੋ ਲੋਕ ਹੁੰਦੇ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੁੰਦਾ ਕਿ ਐਗਜ਼ਾਮ ਨੂੰ ਕਿਵੇਂ ਕਰੈਕ ਕੀਤਾ ਜਾਂਦਾ। ਉਹ ਸਿਰਫ ਇਹ ਨਹੀਂ ਕਿ ਕਿਤਾਬਾਂ ਹੀ ਸਾਰਾ ਦਿਨ ਪੜ੍ਹਦੇ ਗਏ, ਉਹਨਾਂ ਨੂੰ ਇਹ ਵੀ ਪਤਾ ਕਿ ਐਗਜ਼ਾਮ 'ਚ ਮਾਰਕਸ ਕਿੱਦਾਂ ਗੇਨ ਕਰਨੇ ਆ। ਤੁਹਾਨੂੰ ਸਵਾਲ ਨਹੀਂ ਆਉਂਦਾ,
ਮੰਨ ਲਓ ਕਿ ਤੁਸੀਂ ਐਗਜ਼ਾਮ 'ਚ ਗਏ, ਤੁਸੀਂ ਬੜੀ ਮਿਹਨਤ ਕੀਤੀ, ਲੇਕਿਨ ਪਹਿਲੇ 20 ਕੁਐਸਚਨ ਤੁਹਾਡੇ ਬਿਲਕੁਲ ਤੁਹਾਨੂੰ ਆਈਡੀਆ ਹੀ ਨਹੀਂ ਆ ਕੀ ਹੋਊਗਾ। ਨੋਰਮਲ ਵਿਅਕਤੀ ਦਿਲ ਟੁੱਟ ਜਾਏਗਾ, ਉਹ ਆਪਣਾ ਹੌਂਸਲਾ ਛੱਡ ਦੇਗਾ, ਉਹ 20 ਕੁਐਸਚਨ ਨਹੀਂ ਆਉਂਦੇ, 21ਵੇਂ ਤੱਕ ਪਹੁੰਚ ਹੀ ਨਹੀਂ ਪਾਏਗਾ, ਵੈਸੇ ਹੀ ਦਿਲ ਛੱਡ ਦੇਗਾ। ਲੇਕਿਨ ਜਿਹਨਾਂ ਨੇ ਸਟ੍ਰੈਸ ਮੈਨੇਜ ਕਰਨਾ ਆਉਂਦਾ ਵਾ, ਉਹ 20 ਕੁਐਸਚਨ ਨਹੀਂ ਆਉਂਦੇ, ਫਿਰ ਵੀ ਆਪਣੇ ਆਪ ਨੂੰ ਕੂਲ ਰਹੇਗਾ, ਜਿਵੇਂ ਮਹਿੰਦਰ ਸਿੰਘ ਧੋਨੀ ਰਹਿੰਦਾ ਕੂਲ, ਕੋਈ ਗੱਲ ਨਹੀਂ ਵਿਕਟਾਂ ਉੱਡ ਗਈਆਂ ਕੋਈ ਗੱਲ ਨਹੀਂ, ਫਿਰ ਵੀ ਕੂਲ। ਦੈਨ ਸੋਚੇਗਾ ਕਿ ਹੁਣ ਕੀ ਹੋ ਸਕਦਾ, ਮੈਂ ਕਿੱਥੋਂ ਮੈਕਸੀਮਮ ਮਾਰਕਸ ਗੇਨ ਕਰ ਸਕਦਾ। ਉਹ ਉਦੋਂ ਹੀ ਹੋਊਗਾ ਜਦੋਂ ਤੁਹਾਨੂੰ ਸਟ੍ਰੈਸ ਮੈਨੇਜ ਕਰਨਾ ਆਉਂਦਾ। ਠੀਕ ਨਾਓ, ਤੁਸੀਂ ਪ੍ਰਤਾਪ ਅਕੈਡਮੀ ਨਾਲ ਜੁੜੇ ਵੀ ਹੋਗੇ, ਜਿਹੜੇ ਵਿਅਕਤੀ ਨਵੇਂ ਨੇ ਉਹਨਾਂ ਨੂੰ ਦੱਸਦਾ ਕਿ ਪ੍ਰਤਾਪ ਅਕੈਡਮੀ ਦਾ ਇੱਕ ਟੈਲੀਗ੍ਰਾਮ ਚੈਨਲ ਆ ਜਿੱਥੇ ਡਿਫਰੈਂਟ PDF ਸ਼ੇਅਰ ਕੀਤੇ ਜਾਂਦੇ ਆ। ਉਸ ਤੋਂ ਇਲਾਵਾ ਸਾਡੇ ਨੰਬਰਸ ਆ, ਕਿਸੇ ਵੀ ਪ੍ਰਕਾਰ ਦੀ ਕੋਈ ਪ੍ਰੋਬਲਮ ਆ, ਕੋਈ ਕੋਰਸ ਲੈਣਾ ਵਾ, ਐਗਜ਼ਾਮ ਰਿਲੇਟਡ ਗਾਈਡੈਂਸ ਚਾਹੀਦੀ ਆ, ਤੁਸੀਂ ਇੱਕ ਨੰਬਰਸ ਉੱਤੇ ਕੰਟੈਕਟ ਕਰ ਸਕਦੇ ਹੋ। ਸਾਡੀ ਐਪ ਜੇ ਤੁਸੀਂ ਐਂਡਰਾਇਡ ਯੂਜ਼ਰ ਹੋ ਤਾਂ ਪ੍ਰਤਾਪ ਅਕੈਡਮੀ ਗੂਗਲ ਪਲੇ ਸਟੋਰ 'ਚ ਜਾ ਕੇ ਸਰਚ ਕਰੋਗੇ ਤਾਂ ਪ੍ਰਤਾਪ ਅਕੈਡਮੀ ਮਿਲ ਜਾਏਗੀ। ਜੇ ਤੁਸੀਂ ਆਈਫੋਨ ਯੂਜ਼ ਕਰ ਰਹੇ ਹੋ ਤਾਂ ਮਾਈ ਕੋਚਿੰਗ ਵਿੱਚ ਜਾ ਕੇ ਸਾਡੀ ਔਰਗਨਾਈਜੇਸ਼ਨ ਦਾ ਕੋਡ ਯੂਜ਼ ਕਰੋ। ਇੱਥੇ ਤੁਹਾਨੂੰ ਬਿਲਕੁਲ ਹਾਈ ਕੁਆਲਿਟੀ ਕੋਰਸ ਮਿਲਣਗੇ। ਅਗੇਨ ਮੈਂ ਤੁਹਾਨੂੰ ਕਹਾਂਗਾ, ਤੁਸੀਂ ਕੋਈ ਪੇਡ ਕੋਰਸ ਲਿਆ ਵਾ, ਉਹਦਾ ਮਟੀਰੀਅਲ ਅਤੇ ਸਾਡਾ ਯੂਟਿਊਬ ਦਾ ਫ੍ਰੀ ਮਟੀਰੀਅਲ ਕੰਪੇਅਰ ਕਰ ਲਓ। ਮੇਰੇ 'ਤੇ ਵਿਸ਼ਵਾਸ ਨਾ ਕਰੋ, ਕਿਸੇ ਤਰ੍ਹਾਂ ਵਿਸ਼ਵਾਸ ਕਰੋ, ਖੁਦ ਦੇਖ ਲਓ ਕਿ ਕੀ ਫਰਕ ਆ ਕੁਆਲਿਟੀ ਦਾ। ਰਾਈਟ ਨਾਓ ਮਹਾਂਸ਼ਿਵਰਾਤਰੀ ਦਾ ਔਫਰ ਸੀ ਕੱਲ੍ਹ, 35% ਔਫ ਸੀ ਸਾਡੇ ਸਿਲੈਕਸ਼ਨ ਬੈਚ ਉੱਤੇ। ਉਹ ਔਫਰ ਬਹੁਤ ਸਾਰੇ ਸਟੂਡੈਂਟਸ ਨੇ ਰਿਕੁਐਸਟ ਕੀਤੀ ਕਿ ਸਾਨੂੰ ਅੱਜ ਦੇ ਦਿਨ ਫਿਰ ਡਿਸਕਾਊਂਟ ਦੇ ਦਿਓ, ਤਾਂ 35% ਡਿਸਕਾਊਂਟ ਅੱਜ ਵੀ ਓਪਨ ਆ। ਸਿਲੈਕਸ਼ਨ ਬੈਚ ਜੋ ਕਿ ਜਿਹਦੀ ਰੀਅਲ ਕੋਸਟ 4500 ਰੁਪਏ ਆ, ਜੋ ਕਿ ਹਰ ਐਗਜ਼ਾਮ ਦੀ ਫੁੱਲ ਫਲੈਜ ਤਿਆਰੀ ਕਰਾਉਂਦਾ ਵਾ, ਤਸੱਲੀ ਬਖਸ਼ ਤਰੀਕੇ ਨਾਲ ਹਰ ਇੱਕ ਸਬਜੈਕਟ ਨੂੰ ਕਵਰੇਜ ਕਰੇਗਾ, ਬੇਸਿਕ ਟੂ ਐਡਵਾਂਸ, ਗਰੁੱਪ ਡੀ ਤੋਂ ਗਰੁੱਪ ਬੀ ਤੱਕ, ਜਿੱਥੇ ਮਰਜ਼ੀ ਐਗਜ਼ਾਮ ਦੇ ਲਓ, ਸਾਰੀ ਕਵਰੇਜ ਕਰਾਈ ਜਾਊਗੀ। ਇਹਦੀ ਅੱਜ ਕੋਸਟ ਹੈਗੀ ਆ ਡਿਸਕਾਊਂਟ ਕਰਕੇ 2900 ਰੁਪਏ ਦੇ ਕਰੀਬ। ਆਈ ਹੋਪ ਕਿ ਤੁਸੀਂ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਊਗੀ। ਸਾਡੇ ਨਾਲ ਜੁੜੋ, ਮੈਂ ਅੱਗੇ ਤੁਹਾਡੇ ਨਾਲ ਜੁੜਦਾ ਰਹਾਂਗਾ। ਦੈਨ ਈਵਨਿੰਗ 'ਚ ਸਾਡੀ ਯੂਟਿਊਬ 'ਤੇ ਕਲਾਸਿਸ ਹੁੰਦੀ ਆ, ਕੌਂਸਟੇਬਲ ਦਾ ਮੌਕ ਟੈਸਟ ਹੁੰਦਾ, ਅਤੇ ਦੈਨ ਦੀਪ ਸਰ ਰੀਜਨਿੰਗ ਕਰਾ ਰਹੇ ਆ। ਮੈਂ ਵੀ ਤੁਹਾਡੇ ਨਾਲ ਇਕਨੋਮਿਕਸ, ਇਨਵਾਇਰਮੈਂਟ, ਜੋਗ੍ਰਾਫੀ ਰਿਲੇਟਡ ਕੰਟੈਂਟ ਲੈ ਕੇ ਆਉਂਦਾ ਰਹੂੰਗਾ। ਅੱਜ ਦੇ ਲਈ ਇੰਨਾ ਹੀ, ਥੈਂਕ ਯੂ।